वाहेगुरु जी का खालसा, वाहेगुरु जी की फतेह। सारी संगत नूं मेरे वल्लों प्यार भरी सति श्री अकाल। अज साडे चर्चा दा विषय है महाराजा रणजीत सिंह जी। अज आपां इन्हां दे मुढले जीवन बारे गलबात करांगे। चलो वीडियो करदे आं स्टार्ट। महाराजा रणजीत सिंह पंजाब दी सिख सल्तनत दी नींह रखण वाले एक सिख महाराजा सन, जिन्हां नूं शेरे पंजाब दे नां नाल वी जाणिया जांदा सी। महाराजा रणजीत सिंह जी नूं पंजाब दे इतिहास विच बहादुर, जंगजू, दलेर महाराजे ते होर महान शख्सियतां वल्लों जाणिया जांदा सी। महाराजा रणजीत सिंह ने अपने राज विच सिखां, हिंदुआं ते मुसलमानां नूं इक डोर विच परोई रख्या, जिस करके खालसा राज दी हर थां सिफत कीती जांदी सी। महाराजा रणजीत सिंह जी नूं होर भी कई नावां नाल जाणिया जांदा सी, जिवें शेर ए पंजाब, लाहौर दे महाराजा, सरकार ए खालसा, पूरब दा नपोलियन अते पंज दरियावां दे मालक। महाराजा रणजीत सिंह जी दा जन्म 13 नवंबर 1780 ਨੂੰ ਗੁਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਨਾਮ ਮਹਾ ਸਿੰਘ ਸੀ ਤੇ ਮਾਤਾ ਦਾ ਨਾਮ ਰਾਜਕੌਰ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਮਹਾ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਜਥੇਦਾਰ ਸਨ ਤੇ ਉਹਨਾਂ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁਜਰਾਂਵਾਲੇ ਦੇ ਦੁਆਲੇ ਸੀ। 1792 ਈਸਵੀ ਵਿੱਚ ਮਹਾ ਸਿੰਘ ਜੀ ਦੀ ਮੌਤ ਪਿੱਛੋਂ ਮਿਸਲ ਦਾ ਰਾਜ ਪ੍ਰਬੰਧ ਉਹਨਾਂ ਦੀ ਪਤਨੀ ਰਾਜਕੌਰ ਦੇ ਹੱਥਾਂ ਵਿੱਚ ਆ ਗਿਆ ਅਤੇ ਉਹਨਾਂ ਨੇ ਸਾਰਾ ਕੰਮਕਾਜ ਸਰਦਾਰ ਲਖਪਤ ਰਾਏ ਦੇ ਹਵਾਲੇ ਕਰ ਦਿੱਤਾ। 1796 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਹਨਾਂ ਦੀ ਸੱਸ ਸਦਾ ਕੌਰ ਵੀ ਸ਼ੁਕਰ ਚੱਕੀਆ ਮਿਸਲ ਦੇ ਸ਼ਾਸਨ ਪ੍ਰਬੰਧ ਵਿੱਚ ਹਿੱਸਾ ਲੈਣ ਲੱਗੀ। ਜਦ ਤੱਕ ਮਹਾਰਾਜਾ ਰਣਜੀਤ ਸਿੰਘ ਨਾਬਾਲਗ ਰਹੇ, ਮਿਸਲ ਦਾ ਰਾਜ ਪ੍ਰਬੰਧ 3 ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ, ਰਾਜਕੌਰ, ਸਦਾ ਕੌਰ ਅਤੇ ਦੀਵਾਨ ਲਖਪਤ ਰਾਏ। ਇਸ ਕਾਲ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ। 1797 ਈਸਵੀ ਵਿੱਚ ਜਦ ਰਣਜੀਤ ਸਿੰਘ 17 ਵਰਿਆਂ ਦੇ ਹੋ ਗਏ ਸਨ ਤਾਂ ਉਹਨਾਂ ਨੇ ਰਾਜ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ। ਉਹਨਾਂ ਨੇ ਕਈ ਮੁਹਿੰਮਾਂ ਨਾਲ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇਕੱਠਾ ਕੀਤਾ ਅਤੇ 12 ਅਪ੍ਰੈਲ 1801 ਨੂੰ ਮਹਾਰਾਜੇ ਦੇ ਤਖ਼ਤ ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ। ਉਹਨਾਂ ਨੇ ਮੁਲਤਾਨ, ਪਿਸ਼ਾਵਰ, ਜੰਮੂ ਕਸ਼ਮੀਰ ਅਤੇ ਅਨੰਦਪੁਰ ਸਾਹਿਬ ਦੇ ਪਹਾੜੀ ਇਲਾਕਿਆਂ ਉੱਤੇ ਕਬਜ਼ਾ ਕੀਤਾ, ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਸੀ। 1802 ਵਿੱਚ ਉਹਨਾਂ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ ਅਤੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ ਹਰਿਮੰਦਰ ਸਾਹਿਬ ਦੀ ਸੰਗਮਰਮਰ ਅਤੇ ਸੋਨੇ ਨਾਲ ਸੇਵਾ ਕਰਵਾਈ, ਜਿਸ ਕਰਕੇ ਹਰਿਮੰਦਰ ਸਾਹਿਬ ਦਾ ਨਾਂ ਸੁਨਹਿਰੀ ਮੰਦਰ ਪਿਆ। ਉਹਨਾਂ ਨੇ ਆਪਣੀ ਫੌਜ ਦਾ ਆਧੁਨਿਕੀਕਰਨ ਕੀਤਾ, ਜਿਸ ਲਈ ਉਹਨਾਂ ਨੇ ਯੂਰਪੀ ਅਫਸਰ ਭਰਤੀ ਕੀਤੇ। ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ ਲੈਸ ਫੌਜ ਸੀ, ਜਿਸ ਨੂੰ ਬਰਤਾਨੀਆ ਸਭ ਤੋਂ ਵੱਧ ਕਬਜ਼ੇ ਵਿੱਚ ਕਰ ਸਕਿਆ। ਉਹਨਾਂ ਨੇ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ ਕਦਾਈ ਹੀ ਦਿੱਤੀ ਜਾਂਦੀ ਸੀ। ਉਹਨਾਂ ਨੇ ਜਜ਼ੀਆ ਟੈਕਸ, ਜੋ ਕਿ ਹਿੰਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖਤਮ ਕਰ ਦਿੱਤਾ। ਉਹ ਸਭ ਧਰਮਾਂ ਦਾ ਆਦਰ ਕਰਦੇ ਸੀ, ਇਸ ਕਰਕੇ ਉਹਨਾਂ ਨੇ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਪੰਜਾਬੀਆਂ ਦੇ ਲਈ ਇੱਕ ਨਵੇਕਲਾ ਰਾਜ ਕਾਇਮ ਕੀਤਾ। ਉਸ ਦੇ ਰਾਜ ਵਿੱਚ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਆਵਾਮ ਵਿੱਚ ਵੀ ਸਭ ਨੂੰ ਬਰਾਬਰ ਹੱਕ ਹਾਸਲ ਸਨ। 1839 ਈਸਵੀ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਵੱਡਾ ਪੁੱਤਰ ਖੜਕ ਸਿੰਘ ਤਖ਼ਤ 'ਤੇ ਬੈਠਿਆ, ਪਰ ਉਹਨਾਂ ਦੀ ਮੌਤ ਤੋਂ ਬਾਅਦ ਰਾਜ ਖੇਡਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਬਰਤਾਨੀਆ ਨੇ ਉਹਨਾਂ ਦੇ ਛੋਟੇ ਪੁੱਤਰ ਦਲੀਪ ਸਿੰਘ ਨੂੰ ਸਿਰਫ ਨਾਮ ਦਾ ਹੀ ਰਾਜਾ ਬਣਾ ਦਿੱਤਾ ਅਤੇ ਅਖੀਰ 1849 ਵਿੱਚ ਪੰਜਾਬ 'ਤੇ ਕਬਜ਼ਾ ਕਰ ਲਿਆ। 1853 ਵਿੱਚ ਅੰਗਰੇਜ਼ਾਂ ਨੇ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਕੇ ਉਸਨੂੰ ਈਸਾਈ ਬਣਾ ਦਿੱਤਾ। ਉਸ ਦਾ ਕੇਸ ਕਤਲ ਗਿਰਜਾਘਰ ਫਤਿਹਗੜ੍ਹ ਉੱਤਰ ਪ੍ਰਦੇਸ਼ ਵਿੱਚ ਕਰ ਦਿੱਤਾ ਗਿਆ। 23 ਅਕਤੂਬਰ 1893 ਨੂੰ ਵਿਦੇਸ਼ ਵਿੱਚ ਹੀ ਉਸਦਾ ਦੇਹਾਂਤ ਹੋ ਗਿਆ। ਹੁਣ ਆਪਾਂ ਰਣਜੀਤ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਗੱਲਬਾਤ ਕਰਦੇ ਹਾਂ। ਰਣਜੀਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾ ਸਿੰਘ ਦਾ ਪੁੱਤਰ ਸੀ। 13 ਨਵੰਬਰ 1780 'ਚ ਅੱਜ ਕੱਲ੍ਹ ਦੇ ਪਾਕਿਸਤਾਨ ਸੂਬਾ ਪੰਜਾਬ ਦੇ ਸ਼ਹਿਰ ਗੁਜਰਾਂਵਾਲੇ ਦੇ ਨੇੜੇ ਜੰਮਿਆ ਸੀ। ਉਹਨਾਂ ਦਾ ਸੰਬੰਧ ਜੱਟ ਬਰਾਦਰੀ ਨਾਲ ਸੀ। ਹਾਲੇ ਉਹ ਜਵਾਕ ਹੀ ਸਨ ਤੇ ਚੇਚਕ ਹੋਣ ਨਾਲ ਉਹਨਾਂ ਦੀ ਇੱਕ ਅੱਖ ਬੈਠ ਗਈ। ਉਸ ਵੇਲੇ ਪੰਜਾਬ ਦਾ ਤੇ ਇਹ ਸਿੱਖ ਮਿਸਲਾਂ ਸਰਬੱਤ ਖਾਲਸਾ ਦੇ ਥੱਲੇ ਸਨ। ਇਹਨਾਂ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਵੰਡੇ ਹੋਏ ਸਨ। ਰਣਜੀਤ ਸਿੰਘ ਜੀ ਦੇ ਪਿਤਾ ਮਹਾ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਸਨ। ਮਹਾਰਾਜਾ ਰਣਜੀਤ ਸਿੰਘ ਜੀ ਦਾ ਵਿਆਹ 16 ਵਰੇ ਦੀ ਉਮਰ ਵਿੱਚ ਕਨਈਆ ਮਿਸਲ ਵਿੱਚ ਹੋਇਆ ਤੇ ਇਹਨਾਂ ਦੋਹਾਂ ਮਿਸਲਾਂ ਦੇ ਮਿਲਾਪ ਨਾਲ ਉਹਨਾਂ ਦੀ ਤਾਕਤ ਹੋਰ ਵੱਧ ਗਈ। ਉਹਨਾਂ ਦੀ ਸੱਸ ਸਦਾ ਕੌਰ ਇੱਕ ਸਿਆਣੀ ਜਥੇਦਾਰ ਤੇ ਪ੍ਰਧਾਨ ਔਰਤ ਸੀ, ਜਿਸ ਨੇ ਰਣਜੀਤ ਸਿੰਘ ਜੀ ਨੂੰ ਅੱਗੇ ਵਧਣ ਵਿੱਚ ਬਹੁਤ ਮਦਦ ਕੀਤੀ ਅਤੇ ਰਹਿਨੁਮਾਈ ਕੀਤੀ। ਕਈ ਲੜਾਈਆਂ ਮਗਰੋਂ ਉਹਨਾਂ ਨੇ ਹੋਰ ਮਿਸਲਾਂ ਨੂੰ ਫਤਿਹ ਕਰਕੇ ਸਿੱਖ ਸਲਤਨਤ ਦੀ ਨਿਊ ਰੱਖੀ ਅਤੇ 18 ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਲਾਹੌਰ 'ਤੇ ਕਬਜ਼ਾ ਕਰਕੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ। 3 ਸਾਲ ਬਾਅਦ 1802 ਵਿੱਚ ਅੰਮ੍ਰਿਤਸਰ ਫਤਿਹ ਕੀਤਾ ਅਤੇ ਜਿੱਥੋਂ ਭੰਗੀਆਂ ਦੀ
मशहूर तोप अते होर कई तोपां हाथ आईयां। कुछ ही वरियां विच उन्हां ने सारे वड्डे पंजाब दे दरिया सतलुज तक कब्जा कर लिया अते फिर सतलुज पार करके लुधियाने ते भी कब्जा कर लिया। लाहौर शहर मुगल शहनशाह जहीर उद्दीन बाबर दे वेले तो ही मुगलिया सल्तनत का हिस्सा सी अते मुगल बादशाहां दा पसंदीदा शहर सी ते ओ अक्सर इत्थे अपना दरबार लांदे सन। 18वीं सदी की दूजी दहाई के मगर मुगलिया सल्तनत हौली हौली जवाल वल तुर पई। मुगलों की कमजोरी का फायदा चकते हुए महाराष्ट्र के मरहटियां ने पूरे हिंदुस्तान च अत मचा दी। मरहटियां ने पंजाब च अटक तक के इलाके फतेह कर लए। सिख सरदार भी मरहटिया नाल मिल गए अते पंजाब दे बहुते इलाकों च अपनी निक्किया निक्किया अमलदारियां कायम कर लईयां जिसनू मिसल आख्या जांदा सी। मरहटिया की लुटमार तो तंग लोगों नू मुगलिया सल्तनत तो मरहटिया का मुकाबला करन की उम्मीद नहीं सी। इसलिए उन्होंने अफगानिस्तान के बादशाह अहमद शाह अब्दाली तो मरहटे आन के खिलाफ इमदाद मंगी अते उसनू हिंदुस्तान ते हमला करन की दावत दित्ती। अहमद शाह अब्दाली काबल तो पंजाब आया ते पानीपत की तीजी लड़ाई च मरहटियां नू फैसला कर शिक्षित दित्ती ते पंजाब अपनी सल्तनत शामिल कर लिया। रणजीत सिंह जी दे दादा चढ़त सिंह अते दूसरे सिख सरदारा ने अहमद शाह अब्दाली का पंजाब आना पसंद नहीं सी। इन्हां ने अहमद शाह अब्दाली के लश्कर ते शब खून मारने शुरू कर दिते। ओह निक्की निक्की टुकड़ियां च घोड़ियां ते आंदे ते अब्दाली के लश्कर ते अचानक हमला करके जंगल बेलियां च रुपोश हो जाते पर यह मजबूत हुकूमत कायम न कर सके ते फिर निके निके इलाकों से अपनी सरदारी ही बना सके। पंजाब लाहौर समेत दरानी सल्तनत शामिल रहा अते रणजीत सिंह जी दे वेले विच पंजाब ते अफगानिस्तान ते कश्मीर ते अहमद शाह अब्दाली दे पोते जमान शाह दी हकूमत सी। रणजीत सिंह जी ने 1799 विच लाहौर ते हमला किया। उस वेले लाहौर ते भंगी सरदारा दी हकूमत सी। इन्हां नूं भंगी इस लई आख्या जांदा सी ਇਹ ਹਰ ਵੇਲੇ ਭੰਗ ਦੇ ਨਸ਼ੇ 'ਚ ਮਸਤ ਰਹਿੰਦੇ ਸਨ। ਇਹਨਾਂ ਨੇ ਇਸ 'ਤੇ ਪਹਿਲਾਂ ਕਬਜ਼ਾ ਕੀਤਾ ਸੀ। ਜਮਾਨ ਸ਼ਾਹ ਦੇ ਅਫਗਾਨਿਸਤਾਨ ਪਰਤਣ ਮਗਰੋਂ ਭੰਗੀ ਸਰਦਾਰਾਂ ਚਿੱਤ ਸਿੰਘ, ਸਾਹਿਬ ਸਿੰਘ ਅਤੇ ਮਹਾਰ ਸਿੰਘ ਨੇ ਫਿਰ ਸ਼ਹਿਰ 'ਤੇ ਮਿਲ ਮਾਰ ਲਿਆ। ਇਹਨਾਂ 'ਚ ਹਕੂਮਤ ਕਰਨ ਅਤੇ ਚਲਾਉਣ ਦੀ ਕਾਬਲੀਅਤ ਨਹੀਂ ਸੀ। ਰਣਜੀਤ ਸਿੰਘ ਦੇ ਪੰਜਾਬ ਦੇ ਇਲਾਕੇ 'ਤੇ ਆਪਣੀ ਹੁਕਮਰਾਨੀ ਕਾਇਮ ਕਰਨ ਤੋਂ ਰੋਕਣ ਲਈ ਅਫਗਾਨਿਸਤਾਨ ਦੇ ਹੁਕਮਰਾਨ ਜਮਾਨ ਸ਼ਾਹ ਨੇ ਭਾਰੀ ਤੋਪਖਾਨੇ ਨਾਲ ਅਫਗਾਨ ਫੌਜ ਰਣਜੀਤ ਸਿੰਘ ਨਾਲ ਲੜਨ ਲਈ ਕੱਲੀ। ਦਰਿਆਈਏ ਜੇਲਮ ਹੜ੍ਹ ਦੀ ਵਜ੍ਹਾ ਤੋਂ ਅਫਗਾਨ ਫੌਜ ਆਪਣੀਆਂ ਤੋਪਾਂ ਨੂੰ ਨਦੀਆਂ ਤੋਂ ਪਾਰ ਨਾ ਲਿਆ ਸਕੇ। ਰਣਜੀਤ ਸਿੰਘ ਨੇ ਅਫਗਾਨ ਹੁਕਮਰਾਨ ਜਮਾਨ ਸ਼ਾਹ ਦੀਆਂ ਫੌਜਾਂ ਦਾ ਪੁੱਜਾ ਕੀਤਾ ਅਤੇ ਗੁਜਰਾਂਵਾਲੇ ਦੇ ਲਾਗੇ ਇਹਨਾਂ ਨੂੰ ਬੇਖਬਰੀ 'ਚ ਜਾ ਲਿਆ ਅਤੇ ਜੇਲਮ ਤੱਕ ਇਹਨਾਂ ਦਾ ਪਿੱਛਾ ਕੀਤਾ। ਇਸ ਦੌਰਾਨ ਹੋ ਬੁੱਤ ਸਾਰੇ ਅਫਗਾਨ ਮਾਰੇ ਗਏ। ਇਹਨਾਂ ਤੋਂ ਮਾਲ ਅਸਬਾਬ ਤੇ ਮਿਲ ਮਾਰ ਲਿਆ ਗਿਆ ਤੇ ਆਪਣੀ ਜਾਨ ਬਚਾਉਣ ਲਈ ਨੱਸ ਗਏ। ਸਿੱਖ ਫੌਜ ਨੇ ਅਫਗਾਨੀਆਂ ਦੀਆਂ ਛੱਡੀਆਂ ਤੋਪਾਂ ਆਪਣੇ ਕਬਜ਼ੇ ਵਿੱਚ ਲੈ ਲਈਆਂ। ਜਮਾਨ ਸ਼ਾਹ ਦੇ ਭਾਈ ਨੇ ਬਗਾਵਤ ਕਰਕੇ ਜਮਾਨ ਸ਼ਾਹ ਨੂੰ ਤਖ਼ਤ ਤੋਂ ਲਾਹ ਕੇ ਇਨ੍ਹਾਂ ਕਰ ਦਿੱਤਾ। ਉਹ ਬੇਯਾਰੋ ਮਦਦਗਾਰ ਰਹਿ ਗਿਆ ਤੇ 12 ਸਾਲ ਬਾਅਦ ਰਣਜੀਤ ਸਿੰਘ ਜੀ ਦਰਬਾਰ ਵਿੱਚ ਪਨਾਹ ਲਈ ਆਇਆ। ਤੇ ਗਾਇਸ ਇਹ ਸੀ ਅੱਜ ਦੀ ਵੀਡੀਓ। ਇਹ ਵੀਡੀਓ ਦਾ ਪਹਿਲਾ ਪਾਰਟ ਸੀ। ਇਸ ਦਾ ਦੂਜਾ ਪਾਰਟ ਥੋੜ੍ਹੇ ਦਿਨ ਵਿੱਚ ਤੁਹਾਡੇ ਅੱਗੇ ਰੂਬਰੂ ਕਰਾਂਗੇ। ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਜੋ ਤੁਸੀਂ ਸਾਡੀਆਂ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਮਿਲਦੇ ਹਾਂ ਪਾਰਟ 2 ਵਿੱਚ।